ਦਰبی ਦੀ 35 ਵਰਿਆਂ ਦੀ ਸਟੇਸਿਓ ਟੂਲੇ ਅੱਜ ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਤੋਂ ਇਸ ਕਦਰ متاثر ਹੈ ਕਿ ਉਸ ਦਾ ਕਹਿਣਾ ਹੈ ਕਿ ਉਹ ਅੱਜ ਜਿੰਦਾ ਹੈ ਤਾਂ ਸਿਰਫ ਸਿੱਖ ਭਾਈਚਾਰੇ ਦੀ ਹੀ ਬਦੌਲ ਸ਼ਰਾਬ ਪੀਣ ਦੀ ਆਦੀ ਸਟੇਸੀ ਮੁਤਾਬਕ ਲੌਕਡਾਊਨ ਦਰਮਿਆਨ ਸਿੱਖ ਪਾਈਚਾਰੇ ਵੱਲੋਂ ਮਿਲੀ ਮਦਦ ਨੇ ਉਸ ਦੀ ਜਾਨ ਬਚਾਈ। ਲੌਕਡਾਊਨ ਕਰਕੇ ਔਖੇ ਦਿਨਾਂ ਦਰਮਿਆਨ ਉਹਨਾਂ ਨੂੰ ਰੋਜ਼ ਪੈਕੇਟ ਬੰਦ ਖਾਣਾ ਘਰ ਦੇ ਦਰਵਾਜ਼ੇ ਉੱਪਰ ਮਿਲਦਾ ਰਿਹਾ। ਸਿੱਖ ਵਲੰਟੀਅਰ ਵੱਲੋਂ ਸੇਵਾ ਦਾ ਇਹ ਜਜ਼ਬਾ ਕਮਾਲ ਦਾ ਸੀ। ਉਹ ਰੋਜ਼ ਸਾਨੂੰ ਬਿਨਾਂ ਨਾਗਾ ਖਾਣਾ ਪਹੁੰਚਾਉਂਦੇ ਰਹੇ। ਸਾਨੂੰ ਹੀ ਨਹੀਂ ਪੂਰੇ ਦਰਬੀ ਵਿੱਚ ਹਰ ਲੋੜਵੰਦ ਤੱਕ ਇਹ ਮਦਦ ਇਸੇ ਸ਼ਿੱਦਤ ਨਾਲ ਪਹੁੰਚਾਈ ਜਾਂਦੀ ਰਹੀ ਜਿਸ ਨਾਲ ਉਨਾ ਵਰਗੇ ਕਈਆਂ ਦੀ ਜਾਨ ਬਚ ਸਕੀ ਉਸ ਦਾ ਕਹਿਣਾ ਹੈ ਕਿ ਇਸੇ ਸਾਲ ਜਨਵਰੀ ਮਹੀਨੇ ਉਸਨੇ ਆਪਣੀ ਦਾਦੀ ਗਵਾਈ ਉਸ ਦੀ ਮੌਤ ਕੈਂਸਰ ਨਾਲ ਹੋ ਗਈ ਸੀ ਜਿਸ ਤੋਂ ਬਾਅਦ ਤਣਾਅ ਵਿੱਚ ਆ ਕੇ ਉਹ ਸ਼ਰਾਬ ਪੀਣ ਲੱਗੀ ਪਰ ਇਹਨਾਂ ਦਿਨਾਂ ਵਿੱਚ ਜਦੋਂ ਮੁਲਕ ਵਿੱਚ ਲੋਕਡਾਊਨ ਦਾ ਐਲਾਨ ਹੋ ਗਿਆ ਤਾਂ ਉਸ ਦੇ ਸਾਹਮਣੇ ਵਿੱਤੀ ਸੰਕਟ ਵੀ ਖੜਾ ਹੋ ਗਿਆ ਆਮਦਨੀ ਦਾ ਕੋਈ ਜ਼ਰੀਆ ਨਹੀਂ ਸੀ ਉਲਟਾ ਉਸ ਦੀ ਸ਼ਰਾਬ ਪੀਣ ਦੀ ਲਤ ਉਸ ਨੂੰ ਪਰੇਸ਼ਾਨ ਕਰ ਰਹੀ ਸੀ ਮੇਰਾ 13 ਸਾਲ ਦਾ ਮੁੰਡਾ ਮੇਰੇ ਮਾਪਿਆਂ ਕੋਲ ਰਹਿਣ ਲਈ ਚਲਾ ਗਿਆ ਮੈਂ ਘਰ ਵਿੱਚ ਇਕੱਲੀ ਸੀ ਤੇ ਇਸ ਇਕੱਲੇਪਣ ਦੀ ਵਜ੍ਹਾ ਨਾਲ ਹੋਰ ਮਾਨਸਿਕ ਤਣਾਅ ਵਿੱਚ ਆ ਗਈ ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤਾਂ ਇਸ ਦੌਰਾਨ ਮੈਂ ਆਪਣੇ ਪੁਰਾਣੇ ਪਾਰਟਨਰ ਕੋਲ ਰਹਿਣ ਲਈ ਚਲੀ ਗਈ ਇਸ ਤਣਾਅ ਭਰੇ ਮਾਹੌਲ ਦਰਮਿਆਨ ਉਹ ਬਿਲਕੁਲ ਟੁੱਟ ਚੁੱਕੀ ਸੀ 2013 ਵਿੱਚ ਉਹ ਹਾਸੇ ਦਾ ਸ਼ਿਕਾਰ ਹੋਈ ਸੀ ਉਸ ਦੀ ਲਤ ਇਸ ਹਾਸੇ ਵਿੱਚ ਪ੍ਰਭਾਵਿਤ ਹੋਈ ਸੀ ਸੋ ਉਹ ਜ਼ਿਆਦਾ ਤੁਰ ਫਿਰ ਨਹੀਂ ਸਕਦੀ ਉਸ ਦਾ ਕਹਿਣਾ ਹੈ ਕਿ ਮੇਰੇ ਪੁਰਾਣੇ ਪਾਰਟਨਰ ਦੀ ਆਮਦਨੀ ਵੀ ਜ਼ਿਆਦਾ ਨਹੀਂ ਸੀ ਉਹਨਾਂ ਦੇ ਸਾਹਮਣੇ ਦੋ ਟਾਈਮ ਦੇ ਖਾਣੇ ਦਾ ਸੰਕਟ ਖੜਾ ਹੋ ਗਿਆ ਉਹ ਸ਼ੁਕਰਗੁਜ਼ਾਰ ਹੈ ਕਿ ਇਸ ਔਖੀ ਘੜੀ ਵਿੱਚ ਸਿੱਖ ਵਲੰਟੀਅਰ ਵੱਲੋਂ ਮਿਲੀ ਮਦਦ ਨਾਲ ਉਹਨਾਂ ਨੇ ਸਮਾਂ ਕੱਢਿਆ ਪੂਰੇ ਦਰਬੀ ਵਿੱਚ ਗੁਰੂ ਅਰਜਨ ਦੇਵ ਗੁਰਦੁਆਰਾ ਅਤੇ ਇੰਡੀਅਨ ਕਮਿਊਨਿਟੀ ਸੈਂਟਰ ਵੱਲੋਂ ਸ਼ੁਰੂ ਕੀਤੀ ਮੋਬਾਈਲ ਲੰਗਰ ਸੇਵਾ ਜਰੀਏ ਲੰਗਰ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਸੀ ਸਟੇਸੀ ਮੁਤਾਬਕ ਮੇਰੇ ਲਈ ਇਹ ਲਾਈਫਲਾਈਨ ਸਾਬਤ ਹੋਇਆ ਅਤੇ ਕਿੰਨੇ ਹੀ ਦਿਨ ਉਹਨਾਂ ਨੇ ਸਿੱਖ ਵਲੰਟੀਅਰ ਵੱਲੋਂ ਮਿਲਦੇ ਖਾਣੇ ਨਾਲ ਕੱਢੇ ਉਸ ਦਾ ਕਹਿਣਾ ਹੈ ਕਿ ਜੇ ਉਹ ਜੰਦਾ ਹਨ ਸਾਹ ਲੈ ਰਹੇ ਹਨ ਤਾਂ ਸਿੱਖ ਵਲੰਟੀਅਰ ਵੱਲੋਂ ਪਹੁੰਚਾਈ ਮਦਦ ਦੀ ਹੀ ਬਦੌਲ ਮੇਰੇ ਕੋਲ ਉਸ ਵੇਲੇ ਕੋਈ ਕੰਮ ਨਹੀਂ ਸੀ ਸਾਡੇ ਕੋਲ ਗਰੋਸਰੀ ਖਰੀਦਣ ਜੋਗੇ ਪੈਸੇ ਵੀ ਨਹੀਂ ਸਨ ਤਾਂ ਇਸ ਔਖੀ ਘੜੀ ਵਿੱਚ ਸਿੱਖ ਪਾਈ ਚਾਰੇ ਵੱਲੋਂ ਕੀਤੀ ਜਾ ਰਹੀ ਇਸ ਲੰਗਰ ਸੇਵਾ ਕਰਕੇ ਹੀ ਸਾਡੀ ਜਾਨ ਬਚ ਸਕੇ ਉਸ ਦਾ ਕਹਿਣਾ ਹੈ ਕਿ ਰੋਜ਼ਾਨਾ ਉਸ ਨੂੰ ਗਰਮ ਸੇਤਮੰਦ ਖਾਣਾ ਪੈਕ ਨੰਬੰਦ ਮਿਲ ਜਾਂਦਾ ਸੀ ਚੌਲ ਅਤੇ ਕਦੇ ਵੈਜੀਟੇਬਲ ਤੋਂ ਲੈ ਕੇ ਪੀਜਾ ਤੱਕ ਸਾਡੇ ਦਰਵਾਜ਼ੇ ਤੱਕ ਪਹੁੰਚ ਜਾਂਦਾ ਇਹ ਕਮਾਲ ਦੀ ਸੇਵਾ ਸੀ ਉਸ ਦਾ ਕਹਿਣਾ ਹੈ ਕਿ ਇੱਕ ਪਾਸੇ ਉਹ ਸ਼ਰਾਬ ਪੀਣ ਦੀ ਆਦੀ ਸੀ ਉਪਰੋਂ ਕੰਮ ਨਹੀਂ ਘਰ ਵਿੱਚ ਪੈਸੇ ਨਹੀਂ ਇਸ ਚਿੰਤਾ ਦਰਮਿਆਨ ਉਸ ਦਾ ਮਾਨਸਿਕ ਤਵਾਜਨ ਗਵਾਚ ਰਿਹਾ ਸੀ ਪਰ ਸਾਡੇ ਲਈ ਇਹ ਸਿਕਿਉਰਟੀ ਸੀ ਕਿ ਘਰ ਬੈਠੇ ਬਿਠਾਏ ਸਾਨੂੰ ਖਾਣਾ ਮਿਲ ਰਿਹਾ ਸੀ ਅੱਜ ਸਾਨੂੰ ਰੋਜ਼ਾਨਾ ਮਿਲ ਰਹੀ ਇਸ ਮਦਦ ਜਰੀਏ ਅਸੀਂ ਸਰਵਾਈਵ ਕਰ ਸਕੇ ਸਿੱਖ ਵਲੰਟੀਅਰ ਵੱਲੋਂ ਨਵਾਈ ਇਹ ਸੇਵਾ ਨੂੰ ਉੱਤਾ ਉਮਰ ਕਦੇ ਨਹੀਂ ਪੁਲਾ ਸਕੇਗੀ ਤੇ ਗਲੋਬ ਐਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ